ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅਤੇ ਤੁਸੀਂ ਅੱਜ ਸਾਡੇ ਯੂਟਿਊਬ ਚੈਨਲ 'ਤੇ ਦੇਖ ਰਹੇ ਹੋ ਇੱਕ ਡਰੈਸ ਜੋ ਕਿ ਮੇਰੇ ਕਲਾਇੰਟ ਨੇ ਬਹੁਤ ਹੀ ਉਹਨੂੰ ਅਰਜੈਂਟਲੀ ਚਾਹੀਦੀ ਸੀ ਇੱਕ ਲੋਹੜੀ 'ਤੇ ਪ੍ਰੋਗਰਾਮ 'ਤੇ ਪਾਉਣ ਲਈ। ਤਾਂ ਜਦ ਵੀ ਲੋਹੜੀ ਹੋਈ, ਜਾਗੋ ਹੋਈ, ਤੀਆਂ ਹੋਈਆਂ ਜਾਂ ਹੋਈ ਵਿਸਾਖੀ, ਸਭ ਤੋਂ ਪਹਿਲਾਂ ਮਾਇੰਡ 'ਚ ਆਉਂਦੀ ਆ ਫੁਲਕਾਰੀ। ਸੋ ਲੋਹੜੀ ਨੂੰ ਇੱਕ ਵਿੰਟਰ ਨੂੰ ਵੀ ਅਸੀਂ ਧਿਆਨ ਵਿੱਚ ਰੱਖਦੇ ਹਾਂ, ਅਸੀਂ ਸਭ ਤੋਂ ਪਹਿਲਾਂ ਵਿੱਚ ਕੀਤੀ ਫੁਲਕਾਰੀ। ਫੁਲਕਾਰੀ ਹੈ ਜੋ ਬਹੁਤ ਹੀ ਪਿਆਰੀ ਮਲਟੀ ਕਲਰਡ ਦੇ ਵਿੱਚ, ਬਹੁਤ ਹੀ ਕੰਬੀਨੇਸ਼ਨ ਦੇ ਵਿੱਚ ਕਲਰ ਨੇ ਇਸ ਦੇ ਵਿੱਚ, ਲਾਈਕ ਇੱਕ ਦੂਸਰੇ ਦੇ ਨਾਲ ਮੇਲ ਖਾਂਦੇ ਕਲਰਸ। ਚਨੋਣ ਫੈਬਰਿਕ 'ਤੇ ਬਣੀ ਹੋਈ ਹੈ, ਬਹੁਤ ਹੀ ਸੌਫਟ ਫੁਲਕਾਰੀ। ਅਤੇ ਅਸੀਂ ਇਹ ਸਭ ਤੋਂ ਪਹਿਲਾਂ ਫੁਲਕਾਰੀ ਪਿੱਕ ਕੀਤੀ। ਫੁਲਕਾਰੀ ਦੇ ਨਾਲ ਮੈਨੂੰ ਲੱਗਿਆ ਕਿ ਥੋੜ੍ਹਾ ਆਪਾਂ ਨੂੰ ਚਲੋ ਕੁਛ ਫੈਬਰਿਕ ਵੀ ਸੂਟ ਦਾ ਇੱਦਾਂ ਪਿੱਕ ਕਰਨਾ ਚਾਹੀਦਾ ਜੋ ਕਿ ਵਿੰਟਰ ਦੇ ਵਿੱਚ ਸ਼ਾਲ ਜਾਂ ਕੱਟੀ ਤੋਂ ਬਚਿਆ ਜਾਵੇ। ਤਾਂ ਆਪਾਂ ਚੂਜ਼ ਕੀਤਾ 5 ਮੀਟਰ ਕੱਪੜਾ ਚੁੱਕਿਆ ਵੈਲਵਟ ਦਾ, ਇਹ ਦੇਖੋ ਜੀ ਬਹੁਤ ਹੀ ਪਿਆਰਾ ਵਿੱਚ ਨਾ। ਹੁਣ ਜਿੱਦਾਂ ਅਰਜੈਂਟਲੀ ਇਹ ਸੂਟ ਚਾਹੀਦਾ ਸੀ, ਕਢਾਈ ਲਈ ਆਪਣੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ, ਤਾਂ ਥੋੜ੍ਹਾ ਸਾਰੇ ਹੀ ਸੂਟ ਦੇ ਵਿੱਚ ਮੋਟਿਵਸ ਨੇ, ਦੇਖੋ ਸਲਵਾਰ ਦੇ ਵਿੱਚ ਵੀ, ਪੂਰੀ ਸ਼ਰਟ ਦੇ ਵਿੱਚ ਵੀ, ਇਸ ਤਰ੍ਹਾਂ ਇਹ ਥੋੜ੍ਹੇ ਫਲਾਵਰ ਨੇ ਵਿੱਚ ਵਿੱਚ ਜਿੱਦਾਂ ਐਮਬਰਾਇਡਰੀ ਕੀਤੀ ਹੁੰਦੀ ਹੈ, ਸ਼ਾਈਨ ਵੀ ਆ, ਸਿੱਪੀ ਵਰਕ ਕਹਿ ਸਕਦੇ ਆਪਾਂ ਇਹਨਾਂ ਨੂੰ, ਜ਼ਰੀ ਦਾ ਨਾਲ ਟੱਚ ਆ। ਅਤੇ ਇਹ ਮਿਲ ਜਾਂਦਾ ਆਮ ਹੀ ਮਾਰਕੀਟ ਦੇ ਵਿੱਚੋਂ, ਈਜ਼ੀਲੀ ਮਿਲ ਜਾਏਗਾ ਇਹ ਡਿਜ਼ਾਈਨ ਤੁਹਾਨੂੰ ਵੀ। ਅਤੇ ਇਸ ਨੂੰ ਆਪਾਂ ਥੋੜ੍ਹਾ ਕੰਬੀਨੇਸ਼ਨ ਕਰ ਲਿਆ ਲੇਸ ਵਗੈਰਾ ਲਗਾ ਕੇ, ਸ਼ਾਈਨਿੰਗ ਲੇਸ ਲਗਾਈ ਇਸ ਦੇ ਵਿੱਚ, ਅਤੇ ਇਸ ਤਰ੍ਹਾਂ ਹੀ ਲੇਸ ਲਗਾ ਦਿੱਤੀ ਇਸ ਦੇ ਸਲੀਵਸ ਦੇ ਉੱਪਰ, ਤਾਂ ਕਿ ਫੁਲਕਾਰੀ ਦਾ ਥੋੜ੍ਹਾ ਟੱਚ ਹੋ ਜਾਵੇ। ਬਿਲਕੁਲ ਹੀ ਸਿੰਪਲ ਸੂਟ ਆ, ਸਾਰੇ ਸਲਵਾਰ 'ਤੇ ਹੋ ਗਿਆ ਫਲਾਵਰ ਸੇਮ ਫੈਬਰਿਕ ਦਾ, ਪੂਰੀ ਸ਼ਰਟ 'ਤੇ ਫਲਾਵਰ ਹੋ ਗਏ। ਅਤੇ ਆਪਾਂ ਇਸ ਨੂੰ ਬੋਟਲ ਗਰੀਨ ਦੇ ਨਾਲ, ਇਹ ਡਾਰਕ ਮਹਿਰੂਨ ਫੁਲਕਾਰੀ ਨੂੰ ਬੋਟਲ ਗਰੀਨ ਦੇ ਨਾਲ ਮੈਚ ਕਰਕੇ ਬਹੁਤ ਹੀ ਪਿਆਰਾ ਸੂਟ ਬਣਾ ਦਿੱਤਾ। ਤਾਂ ਇਸ ਦੇ ਵਿੱਚ ਆਪਾਂ ਮੇਨਲੀ ਇਸ ਨੂੰ ਪੇਅਰ ਕਰ ਦਿੱਤਾ ਇਸ ਤਰ੍ਹਾਂ ਦੀ ਜੁਲਰੀ ਦੇ ਨਾਲ, ਇਹ ਵੀ ਟ੍ਰੈਡੀਸ਼ਨਲ ਜਿਹੜਾ ਉਹ ਸੈੱਟ ਆ, ਬਹੁਤ ਪਿਆਰੇ ਈਅਰਿੰਗਸ ਨੇ ਇਸ ਦੇ ਵਿੱਚ। ਅਤੇ ਚਲੋ ਕਲਾਇੰਟ ਦੀ ਮਰਜ਼ੀ ਆ, ਦੁਪੱਟਾ ਲੈਣਾ ਲੈ ਲੈਣ, ਨਹੀਂ ਉਹ ਇਕੱਲਾ ਫੁਲਕਾਰੀ ਦੇ ਨਾਲ ਵੀ ਇਸ ਨੂੰ ਕੈਰੀ ਕਰ ਸਕਦੇ ਨੇਗੇ। ਇਹ ਦੇਖੋ ਫੁਲਕਾਰੀ ਬਹੁਤ ਪਿਆਰੀ ਆ। ਅਤੇ ਗਲਾ ਜੋ ਹੈ ਫਰੰਟ ਸਾਈਡ ਅਸੀਂ ਬਹੁਤ ਛੋਟਾ ਰੱਖਿਆ, ਉਹਨਾਂ ਦੀ ਚੋਇਸ ਸੀ ਕਿ ਗਲਾ ਡੀਪ ਨਾ ਹੋਵੇ, ਅਤੇ ਬੈਕ ਸਾਈਡ ਕਹਿੰਦੇ ਸੀ ਬੇਸ਼ੱਕ ਡੀਪ ਕਰ ਦਿਓ। ਤਾਂ ਸੈਮੀ ਬੋਟ ਸ਼ੇਪ ਗਲਾ ਹੈਗਾ ਫਰੰਟ ਦੇ ਵਿੱਚ, ਉੱਪਰ ਇਸ ਦੇ ਜੋ ਨੈਕਲੈਸ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ। ਅਤੇ ਜੋ ਬੈਕ ਸਾਈਡ ਦੇ ਵਿੱਚ ਆਪਾਂ ਥੋੜ੍ਹਾ ਇਸ ਨੂੰ ਟੱਚ ਦੇ ਦਿੱਤੀ ਆ, ਇਹ ਦੇਖੋ ਰਾਊਂਡ ਗਲਾ ਕਰਕੇ ਡੀਪ ਗਲਾ, ਅਤੇ ਇਸ ਦੇ ਨਾਲ ਆਪਾਂ ਲਗਾ ਦਿੱਤੇ ਨੇ ਇਹ ਲਟਕਣ। ਲਟਕਣ ਵੀ ਜਿੱਦਾਂ ਸ਼ਰਟ 'ਤੇ ਵਰਕ ਕੀਤਾ ਹੋਇਆ ਉਸੇ ਤਰ੍ਹਾਂ ਇਹਨਾਂ 'ਤੇ ਵੀ ਵਰਕ ਹੈਗਾ। ਚਲੋ ਇਸ ਤਰ੍ਹਾਂ ਬਣਾ ਕੇ ਇਹਨਾਂ ਦਾ ਡਿਜ਼ਾਈਨ ਇੱਕ ਦਿਨ ਦੇ ਵਿੱਚ ਇਹ ਡਿਜ਼ਾਈਨ ਅਸੀਂ ਤਿਆਰ ਕਰ ਦਿੱਤਾ। ਅਤੇ ਕਲਾਇੰਟ ਵੀ ਖੁਸ਼, ਠੰਡ ਤੋਂ ਵੀ ਬਚਣਗੇ, ਅਤੇ ਥੋੜ੍ਹਾ ਮਾਡਰਨ ਟੱਚ ਦਾ ਸੂਟ ਵੀ ਆ ਗਿਆ, ਸਿੰਪਲ ਵੀ ਹੋ ਗਿਆ, ਅਤੇ ਸੋਬਰਨੈਸ ਵੀ ਆ ਗਈ। ਇੱਦਾਂ ਹੀ ਅਗਰ ਤੁਹਾਨੂੰ ਕੁਛ ਅਰਜੈਂਟਲੀ ਚਾਹੀਦਾ ਨਾ, ਬਸ ਇੱਦਾਂ ਡਿਜ਼ਾਈਨ ਆਪਣਾ ਕ੍ਰੀਏਟ ਕਰ ਸਕਦੇ ਹੋ। ਜਾਂ ਸੋ ਅੱਜ ਕੱਲ੍ਹ ਜਿੱਦਾਂ ਵੈਲਵਟ ਦਾ ਕਾਫੀ ਟ੍ਰੈਂਡ ਆ, ਬਹੁਤ ਐਮਬਰਾਇਡਰੀ ਐਂਡ ਫੁੱਲ ਸੂਟਡ ਵੈਲਵਟ 'ਤੇ ਚੱਲ ਰਹੇ ਨੇ, ਤਾਂ ਤੁਸੀਂ ਵੀ ਆਪਣਾ ਅਗਰ ਚਾਅ ਪੂਰਾ ਕਰਨਾ ਆਪਾਂ ਇਸ ਤਰ੍ਹਾਂ ਵੈਲਵਟ ਦਾ ਡਿਜ਼ਾਈਨ ਤਿਆਰ ਕਰ ਸਕਦੇ ਹਾਂ। ਫੁਲਕਾਰੀ ਆਪਣੇ ਕੋਲ ਨੋਰਮਲੀ ਹੁੰਦੀ ਆ, ਇੱਕ ਨਾ ਦੋ ਤਾਂ ਹਰੇਕ ਲੇਡੀਜ਼ ਦੇ ਕੋਲ ਫੁਲਕਾਰੀਜ਼ ਹੁੰਦੀਆਂ ਆ, ਸੋ ਫੁਲਕਾਰੀਜ਼ ਵੀ ਕੰਮ ਆ ਜਾਣਗੀਆਂ। ਅਤੇ ਤੁਹਾਡਾ ਇਸ ਤਰ੍ਹਾਂ ਵੈਲਵਟ ਦੇ ਸੂਟ ਦੇ ਨਾਲ ਉਸ ਫੁਲਕਾਰੀ ਨੂੰ ਕੰਪੇਅਰ ਕਰਕੇ ਤੁਸੀਂ ਆਪਣੀ ਡਰੈਸ ਤਿਆਰ ਕਰ ਸਕਦੇ ਹੋ। ਉਮੀਦ ਕਰਦੇ ਤੁਹਾਨੂੰ ਇਹ ਸਾਡਾ ਕੋਨਸੈਪਟ ਪਸੰਦ ਆਇਆ ਹੋਵੇਗਾ, ਅਤੇ ਅੱਗੇ ਤੋਂ ਇੱਦਾਂ ਦੇ ਹੀ ਕੋਨਸੈਪਟ ਦੇਖਣ ਦੇ ਲਈ ਸਾਨੂੰ ਸਬਸਕ੍ਰਾਈਬ ਕਰ ਲਓ, ਅਤੇ ਆਪਣੇ ਕਮੈਂਟਸ ਜ਼ਰੂਰ ਸਾਨੂੰ ਦਿਆ ਕਰੋ, ਸਾਨੂੰ ਮੋਟੀਵੇਸ਼ਨ ਮਿਲਦੀ ਹੈ। ਤਾਂ ਸੋ ਥੈਂਕ ਯੂ ਫੋਰ ਵਾਚਿੰਗ।